ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਮੈਂ ਪ੍ਰਵੀਨ ਸ਼ਰਮਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੇ ਅੱਜ ਆਪਣੇ ਨਾਲ ਗੱਲਬਾਤ ਕਰ ਰਹੇ ਨੇ ਸੀਨੀਅਰ ਪੱਤਰਕਾਰ ਔਰ ਸਮਾਜਿਕ ਮਸਲਿਆਂ ਦੇ ਨਾਲ ਜੁੜੇ ਹੋਏ ਬਲਤੇਜ ਪੰਨੂ ਜੀ ਪੰਨੂ ਸਾਹਿਬ ਅੱਗੇ ਵਧਦੇ ਆਪਾਂ ਪੰਜਾਬ ਦੇ ਵਿੱਚ ਕ੍ਰਾਈਮ ਦਿਨੋ ਦਿਨ ਵਧ ਰਿਹਾ ਹੈ ਮੈਂ ਜਿਹੜਾ ਸ਼੍ਰੇਸ਼ ਅਰੋੜਾ ਜੀ ਨੇ ਜਿੱਦੇ ਸੌਹ ਚੁੱਕੀ ਸੀ ਜਾਂ ਜਿੱਦੇ ਉਹਨਾਂ ਨੇ ਸੰਭਾਲਿਆ ਸੀ ਸਿਸਟਮ ਸੈਣੀ ਤੋਂ ਬਾਅਦ ਤਾਂ ਉਹਨਾਂ ਨੇ ਬੜੀ ਵਧੀਆ ਗੱਲ ਕਹੀ ਸੀ ਉਹ ਕਹਿੰਦੇ ਪੁਲਿਸ ਨੂੰ ਸਿਆਸੀ ਗਲਬੇ ਤੋਂ ਮੁਕਤ ਕਰ ਦਿਓ ਕ੍ਰਾਈਮ ਖਤਮ ਹੋ ਜਾਊਗਾ ਇਹ ਕੀ ਸਿਸਟਮ ਕੀ ਚੱਲ ਪਿਆ ਆਪਣੇ ਪੰਜਾਬ ਦੇ ਵਿੱਚ ਜਿਹੜਾ ਪੰਜਾਬ ਅੱਜ ਤੋਂ ਕਹਿੰਦੇ ਸੀ ਕਿ ਪੰਜਾਬ ਬਿਹਾਰ ਬਣਦਾ ਜਾ ਰਿਹਾ ਉਹ ਬਿਹਾਰ ਤਾਂ ਸ਼ਰਾਬ ਬੰਦੀ ਕਰਕੇ ਪਹਿਲਾਂ ਮੂਰੇ ਨਾਂ ਗਿਆ ਤੇ ਹੁਣ ਆਪਾਂ ਕਹਿੰਦੇ ਕਿ ਘੱਟੋ ਘੱਟ ਪੰਜਾਬ ਨੂੰ ਬਿਹਾਰ ਹੀ ਬਣਾ ਦਿਓ ਹਾਂ ਸ਼ਾਇਦ ਬਿਹਾਰ ਦੇ ਵਿੱਚ ਇਹ ਗੱਲ ਚ ਜਲਦੀ ਹੈ ਵੀ ਕਿਤੇ ਪੰਜਾਬ ਨਾ ਬਣ ਜੇ ਜੀ ਜੀ ਇਹ ਗੱਲ ਚੱਲਣ ਲੱਗ ਗਈ ਹੈ ਇਹ ਸਾਡੀ ਬਦਕਿਸਮਤੀ ਹੈ ਜੀ ਬਹੁਤ ਵੱਡੀ ਬਦਕਿਸਮਤੀ ਹੈ ਐਸਾ ਮੈਂ ਤਾਂ ਪੰਜਾਬ ਦੀ ਮੇਰਾ ਖਿਆਲ ਸਾਡੀ ਨਹੀਂ ਸਾਡੇ ਨਾਲ ਜਾਦੇ ਆਉਣ ਵਾਲੀਆਂ ਇਹ ਗੱਲ ਹੀ ਨਸਲਾਂ ਦੀ ਹੈ ਜੀ ਅਸੀਂ ਤਾਂ ਪ੍ਰਵੀਨ ਕੱਢ ਲੈਣਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡੇ ਬਜ਼ੁਰਗਾਂ ਨੇ ਸਾਡੇ ਨਾਲੋਂ ਬੈਟਰ ਕੱਢ ਲਿਆ ਫਿਕਰ ਹੀ ਅਗਲੀਆਂ ਨਸਲਾਂ ਦਾ ਹੈ ਕਿ ਉਹਨਾਂ ਦਾ ਬਣੂਗਾ ਕੀ ਜਿਹੜੇ ਨਸ਼ਿਆਂ ਦੀ ਗੱਲ ਚੱਲਦੀ ਹੈ ਇੱਕ ਜਨਰੇਸ਼ਨ ਤਾਂ ਸਾਡੀ ਖੱਪ ਗਈ ਉਹਦੇ 'ਚ ਜਿਹੜੀ ਬਚਦੀ ਹੈ ਉਹ ਤੰਦਰੁਸਤ ਔਲਾਦ ਨਹੀਂ ਪੈਦਾ ਕਰ ਸਕਦੀ ਅੱਜ ਮੈਂ ਪਿਛਲੇ ਦਿਨਾਂ ਦੇ ਵਿੱਚ ਪ੍ਰਵੀਨ ਲੱਭ ਰਿਹਾ ਸੀ ਕਿ ਇੱਥੇ ਜਿਹੜੀਆਂ ਦਵਾਈਆਂ ਮੁਫਤ ਵੰਡੀਆਂ ਗਈਆਂ ਇੱਕ ਦਿਨ ਦੇ ਵਾਸਤੇ ਕਿ ਬੱਚਿਆਂ ਦੇ ਪੇਟ ਦੇ ਵਿੱਚ ਕੀੜੇ ਬਹੁਤ ਪੈ ਗਏ ਹਾਂ ਜੀ ਮਤਲਬ ਕਿ ਇਹ ਇਹ ਪੰਜਾਬ ਤਾਂ ਨਹੀਂ ਸੀਗਾ ਜਿਹਦੇ ਅਸੀਂ ਜਿਹਦਾ ਜ਼ਿਕਰ ਜਿਹੜਾ ਗੀਤਾਂ ਦੇ ਵਿੱਚ ਸੁਣਦੇ ਸੀਗੇ ਇਹ ਉਹ ਪੰਜਾਬ ਨਹੀਂ ਹੈ ਮੈਂ ਇੱਕ ਦਿਨ ਇੱਕ ਲਿਖਿਆ ਵੀ ਸੀਗਾ ਕਿ ਮਾਫ ਕਰਨਾ ਅਸੀਂ ਉਹ ਨਹੀਂ ਰਹੇ ਹਾਂਜੀ ਹਾਂਜੀ ਉਹ ਉਹਦੇ ਵਿੱਚ ਸਿਰ ਕਿਉਂ ਕਿਉਂ ਨਹੀਂ ਰਹੇ ਉਹ ਪ੍ਰਵਿੰਸ ਕੇ ਕਿਸੇ ਇੱਕ ਕਾਰ ਜਿਹੜੀ ਵੱਜੀ ਪਈ ਹੈ ਉਹਦੇ ਵਿੱਚ ਐਨ ਆਰ ਆਈ ਦੀ ਇੱਕ ਬੱਚੀ ਮਰੀ ਪਈ ਹੈ ਉਹ ਬੇਹੋਸ਼ ਨੇ ਤੇ ਕੋਈ ਆ ਰਹੇ ਨੇ ਫਰੋਜ਼ਪੁਰ ਮਾਫ ਕਰਨਾ ਜਿਹੜੇ ਹੁਸ਼ਿਆਰਪੁਰ ਜਲੰਧਰ ਰੋਡ ਦੇ ਉੱਤੇ ਦੀ ਹੈ ਤੇ ਜਿਹੜੇ ਲੁੱਟਣ ਵਾਲੇ ਨੇ ਜੀ ਉਹ ਪਰਸ ਵੀ ਲੈ ਗਏ ਲੈਪਟਾਪ ਵੀ ਲੈ ਗਏ ਸਾਰਾ ਕੁਝ ਲੈ ਗਏ ਕਿਸੇ ਨੇ ਚੁੱਕਿਆ ਨਹੀਂ ਅਸੀਂ ਉਹ ਨਹੀਂ ਰਹੇ ਅਸੀਂ ਨਸ਼ੇੜੀਆਂ ਦਾ ਜਿਹੜਾ ਨਾਲ ਦੀ ਉਹ ਪੰਜਾਬ ਬਣ ਗਏ ਕ੍ਰਾਈਮ ਇਹਦੇ ਨਾਲ ਜੁੜਿਆ ਹੋਇਆ ਕਿਉਂਕਿ ਨਸ਼ੇ ਦੇ ਨਾਲ ਜਿਹੜਾ ਜੀ ਉਹ ਕ੍ਰਾਈਮ ਡਾਇਰੈਕਟ ਉਹਦਾ ਲਿੰਕ ਹੈ ਬਿਲਕੁਲ ਜੀ ਇੱਕ ਦੂਸਰੇ ਦੇ ਇਹ ਸਾਥੀ ਨੇ ਮੇਰੇ ਦੋਸਤਾਂ ਮੈਂ ਆਉਂਦੇ ਹਾਂ ਵੀ ਉਹਨਾਂ ਨੇ ਇਹੀ ਗੱਲ ਕਰਦਾ ਹੁੰਦਾ ਸੀ ਕਿ ਕ੍ਰਾਈਮ ਕਿਹੋ ਜਿਹਾ ਕਿਹੜਾ ਕਰਦਾ ਨਸ਼ੇੜੀ ਕਿਸ ਟਾਈਪ ਦਾ ਜਿਹੜਾ ਕ੍ਰਾਈਮ ਆ ਉਹ ਕਰਦੇ ਆ ਲੁੱਟਕੋ ਵਾਲਾ ਪੰਜਾਬ ਦੇ ਵਿੱਚ ਇਸ ਵੇਲੇ ਸ਼ਾਇਦ ਸੁਣਨ ਵਾਲਿਆਂ ਨੂੰ ਹੈਰਾਨਗੀ ਹੋਵੇ 36 ਗੈਂਗ ਨੇ ਜਿਹੜੇ ਆਪਰੇਟ ਕਰ 36 ਗੈਂਗ ਨੇ ਗੈਂਗਸਟਰ ਰੋਜ਼ ਕਿਉਂ ਮਾਰ ਰਹੇ ਨੇ ਗੈਂਗਸਟਰ ਫੇਸਬੁੱਕ ਦੇ ਉੱਤੇ ਸਾਰਾ ਕੁਝ ਲਿਖ ਕੇ ਕਿਉਂ ਬੰਦਾ ਨੂੰ ਮਾਰ ਰਹੇ ਨੇ ਜਿਹੜੇ ਜਿਹੜਾ ਕੱਟਾ ਦੇਸੀ ਪਿਸਤੌਲ ਦੀ ਨੂੰ ਕਹਿੰਦੇ ਆ ਉਹ 22500 ਰੁਪਏ ਦਾ ਮਿਲ ਜਾਂਦਾ ਤੁਸੀਂ ਹੈਰਾਨ ਹੋਵੋਗੇ ਸਭ ਤੋਂ ਵੱਡੀ ਮੰਡੀ ਐ ਇਸ ਵੇਲੇ ਪੰਜਾਬ ਆ ਉਹਦੀ ਉਸ ਕੱਟੇ ਦੀ ਹਰ ਕੋਈ ਜਿਹੜਾ ਦੀ ਉਹ ਕੱਟਾ ਲਈ ਫਿਰਦਾ শারਪ ਸ਼ੂਟਰ ਵਰਗਾ ਲਫ਼ਜ਼ ਅਸੀਂ ਹਾਲੀਵੁੱਡ ਦੀਆਂ ਫਿਲਮਾਂ 'ਚ ਸੁਣਦੇ ਹੁੰਦੇ ਸੀ ਇਹ ਪੰਜਾਬ 'ਚ ਸੁਣਨ ਲੱਗੇ ਕਿ ਇੱਥੇ ਸ਼ਾਰਪ ਸ਼ੂਟਰ ਨੇ ਬਿਲਕੁਲ ਜਿਹੜਾ ਪੰਜਾਬ ਦੇ ਪੰਜਾਬ ਇਸ ਵੇਲੇ ਸਹੀ ਪੁੱਛੋ ਤਾਂ ਬਰੂਦ ਦੇ ਢੇਰ ਦੇ ਉੱਤੇ ਬੈਠਾ ਉਹ ਬਰੂਦ ਦੇ ਢੇਰ ਦੇ ਵਿੱਚ ਅਸਲੇ ਵਾਲੇ ਤੇ ਗੈਰ ਅਸਲ ਜਿਹੜੇ ਲਾਇਸੈਂਸੀ ਤੇ ਗੈਰ ਲਾਇਸੈਂਸੀ ਜਿਹੜੇ ਹਥਿਆਰ ਨੇ ਉਹ ਬਹੁਤ ਨੇ ਪੰਜਾਬ ਦੇ ਵਿੱਚ ਜਿਹੜੀ 17 ਦੀਆਂ ਚੋਣਾਂ ਨੂੰ ਆਪਾਂ ਬਹੁਤ ਬੇਸਬਰੀ ਨਾਲ ਉਡੀਕ ਰਹੇ ਹਾਂ ਨਾ ਬਹੁਤ ਖਤਰਨਾਕ ਹੋਣਗੀਆਂ ਬਹੁਤ ਖਤਰਨਾਕ ਬਾਕੀ ਵਾਕਈ ਜਿਹੜੇ ਸਾਹਮਣੇ ਆਪਾਨੂੰ ਸਭ ਘਟਨਾਵਾਂ ਘਟ ਰਹੀਆਂ ਨੇ ਲੱਗਦਾ ਆਪਾਨੂੰ ਸਭ ਇੱਕ ਹੋਰ ਬੜੀ ਚਿੰਤਾ ਲੱਗਦੀ ਹੈ ਮੈਨੂੰ ਕਿ ਆਪਾਂ ਪੰਜਾਬੀ ਐ ਇੱਕ ਚੀਜ਼ ਹੋਰ ਆਪਣੇ ਜਿਹੜੀਆਂ ਚੀਜ਼ਾਂ ਕਰਕੇ ਪੰਜਾਬ ਵਸਦਾ ਪੰਜਾਬ ਵਸਦਾ ਤਾਂ ਗੁਰਾਂ ਦੇ ਨਾਂ ਤੇ ਐ ਪਾਣੀ ਪੰਜ ਦਰਿਆਵਾਂ ਦੀ ਧਰਤੀ ਹੈ ਔਰ ਮੈਨੂੰ ਲੱਗਦਾ ਕਿ ਜਿਹੜੇ ਹਸਾਬ ਨਾਲ ਟ੍ਰਿਕਾਂ ਖੇਡੀਆਂ ਜਾ ਰਹੀਆਂ ਨੇ ਜਿਹੜੇ ਕੈਚ ਚੈੱਕ ਲੈਂਦੇ ਨੇ ਆਗੂ ਉਹ ਕਹਿੰਦੇ ਕਿ ਮੈਂ ਤਾਂ ਸਭ ਤੋਂ ਵੱਡੀ ਕੁਰਬਾਨੀ ਦੇਵਾਂਗਾ ਜਿਹੜੇ ਖੁਦ ਟੱਕ ਲਵਾਉਂਦੇ ਨੇ ਉਹ ਕਹਿੰਦੇ ਕਿ ਮੈਂ ਲੋਕ ਸਭਾ ਤੋਂ ਅਸਤੀਫਾ ਦੇਵਾਂਗਾ ਪਾਣੀ ਪੰਜਾਬ ਦਾ ਖੋਇਆ ਜਾ ਰਿਹਾ ਹੈ ਤੇ ਜੇ ਪਾਣੀ ਨਹੀਂ ਤਾਂ ਇਹ ਧਰਤੀ ਆਪਾਂ ਦੁੱਖ ਹੁੰਦਾ ਹੈ ਕਿ ਇਸ ਧਰਤੀ ਤੋਂ ਪਰਿੰਦੇ ਵੀ ਉੱਡਣੇ ਬੰਦ ਹੋ ਜਾਣਗੇ ਕੀ ਕਹਿਣਾ ਚਾਹੂੰ ਕਿ ਕੀ ਤੁਹਾਡਾ ਦਰਦ ਹੈ ਪਾਣੀ ਪਿੱਛੇ ਔਰ ਕੀ ਹੋ ਸਕਦਾ ਇਹਦਾ ਹੱਲ ਕੀ ਹੈ ਅਸਲ ਦੇ ਵਿੱਚ ਦੇਖੋ ਇਹਦਾ ਹੱਲ ਸਰਕਾਰਾਂ ਕੋਲੇ ਨਹੀਂ ਹੈ ਕੋਈ ਸਰਕਾਰਾਂ ਇਹਦਾ ਹੱਲ ਨਹੀਂ ਕਰਨਗੀਆਂ ਇਹਦਾ ਹੱਲ ਸਾਡੇ ਕੋਲੇ ਸਾਡੇ ਗੁਰਬਾਣੀ ਦੇ ਰੂਪ ਦੇ ਵਿੱਚ ਮੌਜੂਦ ਹੈ ਪਹਿਲਾ ਪਾਣੀ ਜਿਉ ਹੈ ਜਿੱਤ ਹਰਿਆ ਸਭ ਕੋਈ ਜਾਂ ਪਵਨ ਗੁਰੂ ਪਾਣੀ ਪਤਾ ਮਾਤਾ ਤਰਤਮਾ ਹੱਥ ਆਪਣੇ ਪਿੱਛੇ ਕਿੱਡੀ ਵੱਡੀ ਪਾਈਪ ਚੱਲ ਰਹੀ ਹੈ ਔਰ ਉਹ ਬੰਦਾ ਜਿਉਂ ਆਪਾਂ ਗੱਲ ਕਰ ਰਹੇ ਉਹਦੋਂ ਪਹਿਲਾਂ ਦਾ ਲੱਗਿਆ ਹੋਇਆ ਛੜਕਾਉਣ ਦੇ ਵਾਸਤੇ ਪਾਣੀ ਠੀਕ ਹੈ ਨਾ ਜੀ ਸਵੇਰ ਨੂੰ ਪਾਈਪ ਜਿਹੜੀ ਵੱਡੀ ਲੱਗ ਜਾਂਦੀ ਹੈ ਕੋਠੀਆਂ ਦੇ ਵਿੱਚ ਉਹ ਕਾਰਾਂ ਨੂੰ ਦੇਹ ਤੇਰੇ ਦੀ ਧੋਂਦੇ ਆ ਸਾਰੀਆਂ ਸੜਕਾਂ ਵੀ ਧੋ ਦਿੰਦੇ ਆ ਕਿਉਂਕਿ ਬੰਦੇ ਰੱਖੇ ਹੋਏ ਆ ਉਹਨਾਂ ਨੇ ਉਹ ਧੋਈ ਜਾ ਰਹੇ ਆ ਇੱਕ ਪਰਤ ਤਾਂ ਹੁੰਦੀ ਸੀਗੀ ਜਿਹੜੀ 15 ਫੁੱਟ ਵਾਲੀ ਹਾਂਜੀ ਹਾਂਜੀ ਉਹ ਤਾਂ ਅਸੀਂ ਚਰੋਕਣੀ ਮਕਾ ਲਈ ਹਾਂਜੀ ਬਹੁਤ ਚਰ ਹੁਣ ਆ ਗਈ 150 200 ਵਾਲੀ ਉਹ ਪੀਣ ਵਾਲਾ ਨਹੀਂ ਹੈਗਾ ਹਾਂਜੀ ਅਖੀਰਲੀ ਪਰਤ ਤੇ ਅਸੀਂ ਪਹੁੰਚੇ ਹੋਏ ਹਾਂ 300 ਫੁੱਟ ਵਾਲੀ ਤੇ 350 ਠੀਕ ਹੈ ਨਾ ਜੀ ਝੋਨਾ ਇਹਨਾਂ ਸਮੱਸਿਆਵਾਂ ਦਾ ਬਹੁਤ ਵੱਡਾ ਇੱਕ ਕਾਰਨ ਹੈ ਹਾਂਜੀ ਝੋਨਾ ਪੰਜਾਬ ਦੀ ਫਸਲ ਨਹੀਂ ਸੀਗਾ ਅੱਜ ਵੀ ਮੀਟਿੰਗ ਦੇ ਵਿੱਚ ਇਹੀ ਗੱਲ ਚੱਲ ਰਹੀ ਸੀ ਕਿ ਜਿਉਂ ਝੋਨਾ ਆਇਆ ਸਾਡੀਆਂ ਮੁਸ਼ਕਲਾਂ ਜਿਹੜੀਆਂ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਸਵਾਲ ਇਹ ਆ ਕਿ ਜੇ ਜ਼ਿਮੀਂਦਾਰ ਨੂੰ ਤੁਸੀਂ ਝੋਨੇ ਤੋਂ ਪਾਸੇ ਲਜਾਣਾ ਫਿਰ ਤੁਸੀਂ ਉਹਦਾ ਤੋੜ ਕੀ ਦਿਓਗੇ ਤੁਹਾਨੂੰ ਤੋੜ ਦੇਣਾ ਪਊਗਾ ਉਸ ਸਮਰਥਨ ਮੁੱਲ ਹੈ ਨਹੀਂ ਦੂਜੀਆਂ ਫਸਲਾਂ ਦੇ ਮੰਡੀ ਹੈ ਨਹੀਂ ਤਿਆਰ ਜੇ ਅੱਜ ਮੰਡੀ ਜਿਹੜੀ ਆ ਦੀ ਇਹ ਕਿਹਾ ਜਾਵੇ ਇੱਕ ਫਲਾਈਟ ਸ਼ੁਰੂ ਹੋਈ ਸੀਗੀ ਅੰਮ੍ਰਿਤਸਰ ਤੋਂ ਬਰਮਿੰਗਮ ਦੇ ਵਾਸਤੇ ਕਿਸ ਸਮੇਂ ਦਾਂਦੀ ਸੀ ਉਸ ਫਲਾਈਟ ਨੇ ਮਾਝੇ ਦੇ ਕੁਝ ਕਿਸਾਨਾਂ ਦੇ ਸਾਹ ਬੜਾ ਸੌਖਾ ਕਰਤਾ ਸੀ ਜੀ ਰੀਜ਼ਨ ਉਹਦਾ ਕੀ ਸੀਗਾ ਠੀਕ ਉਹਦੇ ਵਿੱਚ ਸਬਜ਼ੀ ਜਾਂਦੀ ਸੀਗੀ ਬਰਮਿੰਗਮ ਨੂੰ ਜੀ ਜੀ ਔਰ ਉਹ ਜਿਹੜੀ ਸਬਜ਼ੀ ਜਿਹੜੀ 10 ਰੁਪਏ ਕਿਲੋ ਉਹ 20 ਰੁਪਏ ਕਿਲੋ ਚੁੱਕਦੇ ਸੀਗੇ ਜੀ ਜਿਹੜੇ ਰਸ਼ੀਆ ਦੇ ਜਿਹੜੇ ਟੋਟੇ ਹੋਏ ਨੇ ਜਿਹੜੇ ਛੋਟੇ ਛੋਟੇ ਮੁਲਕ ਨੇ ਰਸ਼ੀਆ ਦੇ ਨੇ ਉੱਥੇ ਜਿਹੜੀ ਸਬਜ਼ੀ ਆਉਂਦੀ ਆ ਪ੍ਰਵਿੰਡੀ ਉਹ 8 ਤੋਂ ਲੈ ਕੇ 8.5 ਘੰਟੇ ਦੀ ਫਲਾਈਟ ਚ ਆਉਂਦੀ ਆ ਜੀ ਜੇ ਉਹੋ ਹੀ ਫਲਾਈਟਾਂ ਅੰਮ੍ਰਿਤਸਰ ਤੋਂ ਜਾਂ ਚੰਡੀਗੜ੍ਹ ਤੋਂ ਜੇ ਲੱਗਦੀਆਂ ਨੇ ਬਰਮਿੰਗਮ ਨੂੰ ਨਹੀਂ ਰਸ਼ੀਆ ਨੂੰ ਛੋਟੇ ਛੋਟੇ ਮੁਲਕਾਂ ਨੂੰ ਉਹ ਸਬਜ਼ੀ ਪਹੁੰਚ ਜਾਂਦੀ 4 ਘੰਟੇ ਚ ਜੀ ਉਹ ਪ੍ਰੈਫਰ ਕਰਨਗੇ ਪੰਜਾਬ ਦੀ ਜਿਹੜੀ ਆ ਉਹਨੂੰ ਸਬਜ਼ੀ ਨੂੰ ਲੈਣ ਦੇ ਵਾਸਤੇ ਇਹਦੇ ਵਾਸਤੇ ਜਿਹੜੀ ਤੁਸੀਂ ਗੱਲ ਕੀਤੀ ਸੀ ਦੂਰ ਅੰਦੇਸ਼ੀ ਵਾਲੀਆਂ ਪਲਾਨਿੰਗ ਹਾਂਜੀ ਹਾਂਜੀ ਉਹ ਉਹ ਜਿਹੜੀਆਂ ਕਰਨੀਆਂ ਪੈਣਗੀਆਂ ਉਹਦੇ ਵਾਸਤੇ ਇਹ ਆ ਕਿ ਸਰਕਾਰਾਂ ਸਹਿਿਰਦ ਹੋਣ ਨੀਤ ਹੋਵੇ ਤੇ ਨੀਤੀ ਹੋਵੇ ਨਾ ਨੀਤ ਐ ਨਾ ਨੀਤੀ ਐ ਮੈਂ ਗੱਲ ਇਹ ਕਹਿ ਰਿਹਾ ਮੇਰੇ ਹੱਥ ਚ ਪਾਵਰ ਨਹੀਂ ਹੈਗੀ ਕੋਈ ਜਿਹੜੇ ਮੈਂ ਇਹ ਇੰਪਲੀਮੈਂਟ ਕਰ ਸਕਦਾ ਮੈਸੇਜ ਆ ਪਰ ਪਹਿਲਾ ਇਹ ਹੁੰਦਾ ਸੀਗਾ ਜੀ ਜਿਹੜਾ ਜਿਹੜਾ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਜਿਹੜੇ ਹੁੰਦੇ ਉਹ ਅਖਬਾਰਾਂ ਪੜ੍ਹਦੇ ਹੁੰਦੇ ਸੀ ਪੰਜਾਬ ਦੀਆਂ ਸਵੇਰੇ ਚੁੱਕ ਕੇ ਕਿ ਇਹਦੇ ਵਿੱਚ ਜਿਹੜੇ ਆਰਟੀਕਲ ਆਏ ਆ ਉਹ ਕੀ ਕਾਦੇ ਉੱਤੇ ਲਿਖੇ ਹੋਏ ਆ ਫਿਰ ਉਹ ਇੰਪਲੀਮੈਂਟ ਕੀਤੇ ਜਾਂਦੇ ਹੁੰਦੇ ਸੀ ਉਹ ਅਖਬਾਰਾਂ ਹੀ ਪੜਨੋਂ ਹਟ ਗਏ ਪੰਜਾਬੀ ਦੀਆਂ ਅਖਬਾਰਾਂ ਤਾਂ ਉਹ ਹੀ ਪੜਨੋਂ ਹਟ ਗਏ ਇਸ ਕਰਕੇ ਜਦੋਂ ਪੰਜਾਬੀ ਦੀਆਂ ਅਖਬਾਰਾਂ ਪੜਨੋਂ ਹਟ ਗਏ ਤੇ ਜਿਹੜੇ ਸਾਡੇ ਵਰਗੇ ਲੇਖਕ ਸੀ ਉਹ ਲਿਖਣੋਂ ਹਟ ਗਏ ਵੀ ਸਾਡੀ ਗੱਲ ਤੱਕ ਤੇ ਸੁਣਨੀ ਹੋਣੀ ਮੈਂ ਸਮਝਦਾ ਆ ਕਿ ਬਜਾਏ ਇਹ ਦੇ ਕਿ ਤੁਸੀਂ ਪੱਤਰਕਾਰ ਤੁਸੀਂ ਉਹਨਾਂ ਦੇ ਮੂੰਹ ਤੇ ਛਿਕੜੀ ਦੇਣ ਦੀ ਕੋਸ਼ਿਸ਼ ਕਰੋ ਵੱਡੇ ਮਨ ਲਾ ਕੇ ਵੱਡੇ ਸਾਰੇ ਜੇਰੇ ਦੇ ਨਾਲ ਜਿਹੜੇ ਆ ਜੀ ਉਹਨਾਂ ਦੀ ਗੱਲ ਸੁਣੋ ਉਹ ਪੰਜਾਬ ਵਾਸਤੇ ਬੋਲ ਰਹੇ ਨੇ ਮੈਂ ਕੋਈ ਆਪਣੇ ਬੱਚਿਆਂ ਦਾ ਦਾਖਲਾ ਨਹੀਂ ਕਰਾਉਣਾ ਸਕੂਲਾਂ ਦੇ ਵਿੱਚ ਮੈਨੂੰ ਕੋਈ ਚੇਅਰਮੈਨ ਨਹੀਂ ਚਾਹੀਦੀ ਮੈਨੂੰ ਕੋਈ ਮਿਨਿਸਟਰੀ ਨਹੀਂ ਚਾਹੀਦੀ ਮੈਂ ਤਾਂ ਪੰਜਾਬ ਦੇ ਮਜ਼ਦੂਰ ਦੀ ਗੱਲ ਕਰਦਾ ਮੈਂ ਤਾਂ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਮੈਂ ਪੰਜਾਬ ਦੀ ਗੱਲ ਕਰਦਾ ਮੈਂ ਇਹਦਾ ਪਾਣੀ ਪੀਤਾ ਮੈਂ ਤੱਪੜਾਂ ਵਾਲੇ ਸਕੂਲ ਦੇ ਵਿੱਚੋਂ ਪੜਿਆ ਹੋਇਆ ਹਾਂ ਪ੍ਰਾਊਡਲੀ ਮੈਂ ਇਹ ਗੱਲ ਕਿੰਨਾ ਕਿ ਮੈਂ ਤੱਪੜਾਂ ਵਾਲੇ ਸਕੂਲ ਚੋਂ ਪੜਿਆ ਹੋਇਆ ਹਾਂ ਅੱਜ ਤੱਪੜਾਂ ਵਾਲੇ ਸਕੂਲ ਦੇ ਵਿੱਚੋਂ ਪੜਨ ਵਾਲੇ ਜਿਹੜੇ ਲੋਕ ਸੀਗੇ ਉਹਨਾਂ ਦਾ ਬੇੜਾਗਰ ਕਰ ਦਿੱਤਾ ਗਿਆ 8ਵੀਂ ਤੱਕ ਅਸੀਂ ਕਿਸੇ ਨੂੰ ਫੇਲ ਹੀ ਨਹੀਂ ਕਰਦੇ ਜੇ 8ਵੀਂ ਤੱਕ ਵੀ ਬੱਚਾ ਜਿਹੜਾ ਨਾ ਪੜ ਗਿਆ ਤੇ ਉਹ ਸਵਾਲ ਕਰਨ ਲੱਗ ਜਾਊਗਾ ਜਿਹੜਾ ਬੱਚਾ ਸਵਾਲ ਕਰਨ ਲੱਗ ਗਿਆ ਇਸੇ ਕਰਕੇ ਸਾਡੇ ਬੱਚੇ ਅਨਪੜ੍ਹ ਰੱਖੇ ਜਾ ਰਹੇ ਨੇ ਉਹਨਾਂ ਨੂੰ ਇੱਕ ਸਾਦੇਸ਼ ਦੇ ਤਹਿਤ ਅਨਪੜ੍ਹ ਰੱਖ ਦਿੱਤਾ ਗਿਆ ਸਾਡੇ ਕੋਲੇ ਇਲਾਜ ਜੋਗਾ ਕੁਝ ਨਹੀਂ ਬਚਿਆ ਇਲਾਜ ਲਈ ਪੈਸੇ ਹਨ ਨਹੀਂ ਇਸੇ ਕਰਕੇ ਫਤੇਗੜ ਸਾਹਿਬ ਦੇ ਵਿੱਚ ਕੋਈ ਨਲਕਾ ਚੱਲਦਾ ਤੇ ਲੋਕ ਆਪਣੀਆਂ ਬਿਮਾਰੀਆਂ ਦੇ ਵਾਸਤੇ ਉਤੋਂ ਪਾਣੀ ਪੀਣ ਤੁਰ ਪੈਂਦੇ ਆ ਕਿਉਂਕਿ ਪੈਸੇ ਨਹੀਂ ਹੈਗੇ ਸੋਚ ਬਿਮਾਰ ਹੋ ਗਈ ਆ ਸਾਨੂੰ ਡਿਸਪੈਂਸਰੀਆਂ ਵਾਪਸ ਲਿਆਉਣੀਆਂ ਪੈਣਗੀਆਂ ਸਾਨੂੰ ਸਰਕਾਰੀ ਸਕੂਲ ਵਾਪਸ ਲਿਆਉਣੇ ਪੈਣਗੇ ਸਰਕਾਰੀ ਸਕੂਲ ਚੱਲਣਗੇ ਸਾਡੇ ਬੱਚੇ ਜਿਹੜੇ ਉਹ ਪੜ੍ਹਨਗੇ ਪ੍ਰਾਈਵੇਟ ਸਕੂਲ ਸਾਨੂੰ ਖਾ ਗਏ ਜਿਹੜੀਆਂ ਤੁਸੀਂ ਯੂਨੀਵਰਸਿਟੀ ਦੀ ਇੱਕ ਰਿਸਪੈਕਟ ਸੀ ਤੁਸੀਂ ਯੂਨੀਵਰਸਿਟੀ ਗਏ ਹੋ ਅੱਜ ਵੀ ਤੁਸੀਂ ਲੰਘੋ ਮੈਂ ਗੁਰਦੁਆਰੇ ਦੀ ਤਰ੍ਹਾਂ ਯੂਨੀਵਰਸਿਟੀ ਨੂੰ ਮੱਥਾ ਟੇਕਦਾ ਹਾਂ ਕਿ ਉਹਦੇ ਕਿਉਂਕਿ ਆਦਾਰਾ ਵਿਦਿਆ ਦਾ ਅੱਜ ਹਰੇਕ ਕੋਰਨਰ ਦੇ ਤੇ ਦੁਕਾਨਾਂ ਖੁੱਲ ਗਈਆਂ ਮੈਂ ਸਮਝਦਾ ਪੰਜਾਬੀ ਟਰਬਿਊਨ ਦੇ ਵਿੱਚ ਜਦੋਂ ਪਹਿਲੀ ਯੂਨੀਵਰਸਿਟੀ ਬਣੀ ਆ ਇੱਕ ਸੁਰਖੀ ਲੱਗੀ ਸੀ ਮੈਨੂੰ ਉਹ ਭੁੱਲਦੀ ਨਹੀਂ ਕਿ ਹਲਵਾਈਆਂ ਦੀ ਵਿੱਦਿਅਕ ਹੱਟੀ ਜੀ 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 ਠੀਕ ਹੈ ਨਾ ਇਹ ਹੱਟੀਆਂ ਨੇ ਜੀ ਜੀ ਹਰ ਕੋਈ ਬੰਦਾ ਇਹ ਸੋਚਦਾ ਕਿ ਇਹਦੇ 'ਚ ਪੈਸੇ ਹੈਗੇ ਆ ਇਹਦੇ ਚਲੋ ਤੁਸੀਂ ਕੋਈ ਯੂਨੀਵਰਸਿਟੀ ਪ੍ਰਾਈਵੇਟ ਲਾ ਲਓ ਉਹਦੇ ਵਿੱਚ ਕਿਤੇ ਨਾ ਕਿਤੇ ਤੁਹਾਨੂੰ ਰਾਜਨੀਤਿਕ ਬੰਦਾ ਲੱਭ ਜਾਣਾ ਜੀ 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 ਠੀਕ ਹੈ ਨਾ ਜੀ ਨੌਕਰੀ ਤੁਹਾਡੇ ਕੋਲੇ ਕੋਈ ਨਹੀਂ ਰਹੀ ਫਿਰ ਡਿਗਰੀਆਂ ਕਿਹੜੇ ਕੰਮ ਦੀਆਂ ਆਈਟੀਆਈ ਫਲॉप ਕਿਉਂ ਕਰ ਦਿੱਤੀਆਂ ਗਈਆਂ ਆਈਟੀਆਈ ਦੇ ਵਿੱਚੋਂ ਪਲੰਬਰ ਬਣ ਕੇ ਨਿਕਲਦੇ ਸੀ ਬੇਰੁਜ਼ਗਾਰ ਕਰਦੇ ਸੀ ਜੀ ਮੋਟਰ ਮਕੈਨਿਕ ਬਣ ਕੇ ਨਿਕਲਦੇ ਸੀ ਉਤੋਂ ਇਲੈਕਟ੍ਰੀਸ਼ੀਅਨ ਨਿਕਲਦਾ ਸੀਗਾ ਅੱਜ ਸਾਰਾ ਕੁਝ ਪ੍ਰਵਾਸੀ ਮਜ਼ਦੂਰਾਂ ਨੇ ਸੰਭਾਲ ਲਿਆ ਅੱਜ ਜਿਹੜੇ ਤਖਾਣੀ ਦਾ ਕੰਮ ਕਰਦੇ ਲੱਕੜ ਦਾ ਕੰਮ ਵੀ ਪ੍ਰਵਾਸੀ ਮਜ਼ਦੂਰ ਕਰਦੇ ਨੇ ਲੋਹੇ ਦਾ ਕੰਮ ਵੀ ਪ੍ਰਵਾਸੀ ਰਾਜ ਮਿਸਤਰੀ ਵੀ ਉਹੀ ਨੇ ਮਜ਼ਦੂਰ ਵੀ ਉਹੀ ਨੇ ਅਸੀਂ ਆਪੀ ਛੱਡਤਾ ਸਾਰਾ ਕੁਝ ਕਿਉਂਕਿ ਇੱਕ ਸਾਜ਼ਿਸ਼ ਦੇ ਤਹਿਤ ਸਾਨੂੰ ਜਿਹੜਾ ਸੀ ਅਸੀਂ ਮਰੇ ਨਹੀਂ ਲੜਾਈਆਂ ਨਾਲ ਵੀ ਨਹੀਂ ਮਰੇ ਅਸੀਂ ਹਮਲਿਆਂ ਨਾਲ ਵੀ ਨਹੀਂ ਮਰੇ ਸਾਡੇ ਉੱਤੇ ਲਿਆ ਕੇ ਨਸ਼ਾ ਛੁੱਟ ਛੁੱਟ ਦਿੱਤਾ ਜੀ ਸਾਨੂੰ ਤਬਾਹ ਕਰਕੇ ਰੱਖਤਾ ਜੀ ਆਪਾ ਨੂੰ ਸਭ ਇੱਕ ਮੈਂ ਕਿਤਾਬ ਪੜ੍ਹ ਰਿਆ ਸੀਗਾ ਦਰਸ਼ਕੋ ਉਸ ਕਿਤਾਬ ਦੇ ਵਿੱਚ ਉਹਨੇ ਬੜੀ ਦੂਰਦਰਸ਼ੀ ਸੋਚ ਲਿਖੀ ਸੀ ਅੰਗਰੇਜ਼ ਰਾਈਟਰ ਨੇ ਉਹ ਕਹਿੰਦਾ ਕਿ ਜੇ ਕਿਸੇ ਕੌਮ ਨੂੰ ਜੇ ਕਿਸੇ ਸੂਬੇ ਨੂੰ ਤੁਸੀਂ ਖਤਮ ਕਰਨਾ ਵਾ ਤੇ ਉਥੋਂ ਸਿੱਖਿਆ ਖੋਲੋ ਤੇ ਉਥੋਂ ਦੇ ਲੋਕਾਂ ਨੂੰ ਨਸ਼ੇ ਤਿਲਾ ਦਿਓ ਤੇ ਇਹੀ ਚੀਜ਼ਾਂ ਅੱਜ ਆਪਾਂ ਆਪਣੇ ਸਮਾਜ ਦੇ ਵਿੱਚ ਵੇਖੀ ਜਾਂਦੇ ਆ ਸੋ ਆ ਪੰਨੂ ਸਾਹਿਬ ਟਾਈਮ ਇਜਾਜ਼ਤ ਨਹੀਂ ਦਿੰਦਾ ਇੱਕ ਛੋਟਾ ਜਿਹਾ ਸਵਾਲ ਤੁਹਾਨੂੰ ਮੈਂ ਜਾਂਦੇ ਜਾਂਦੇ ਕਰਦਾ ਰਜ ਕਰਨਾ ਚਾਹਣਾ ਵਾ ਸੰਖੇਪ ਰੱਖਿਓ ਮੌਜੂਦਾ ਪੰਜਾਬ ਨੂੰ ਤੁਸੀਂ ਕਿੱਥੇ ਦੇਖ ਦوں ਮੇਰਾ خیال ਤਾਂ 15-20 ਸਾਲ ਅਸੀਂ ਪਿੱਛੇ ਚਲੇ ਗਏ ਆ ਪਰ ਤੁਸੀਂ ਮੇਰੇ ਨਾਲ ਵੀ ਜ਼ਹੀਨ ਸੋਚ ਰੱਖਦੇ ਹੋ ਕਿੱਥੇ ਦੇਖ ਦوں ਤੇ ਕਿਵੇਂ ਇਹਨੂੰ ਕੱਢ ਸਕਦੇ ਆ ਕਿਉਂਕਿ ਬਹੁਤ ਤੁਸੀਂ ਕਹਿ ਚੁੱਕੇ ਹੋ ਕਿ ਬਰੂਦ ਦੇ ਢੇਰ ਤੇ ਬੈਠਾ ਪੰਜਾਬ ਇੱਕੋ ਲਾਈਨ 'ਚ ਮੈਂ ਨਿਭੇੜਦਾ ਨਾ ਜੀ ਸਾਡੇ ਟਾਈਮ ਸਾਇੰਸ ਰੂਮ ਹੁੰਦੇ ਸੀ ਹੁਣ ਤਾਂ ਮੈਂ ਕਦੀ ਦੇਖੇ ਨਹੀਂ ਉਹਦੇ ਵਿੱਚ ਇੱਕ ਪਿਆ ਹੁੰਦਾ ਸੀ ਬੜਾ ਸਾਰਾ ਸਕਲਟਨ ਕਹਿੰਦੇ ਉਹਨੂੰ ਹਾਂਜੀ ਇੰਗਲਿਸ਼ ਦੇ ਵਿੱਚ ਉਹ ਜਿਹੜਾ ਹੱਡੀਆਂ ਦਾ ਜਿਹੜਾ ਪਿੰਜਰ ਹਾਂ ਦੀ ਹਸਕਲਟਨ ਉਹਨੂੰ ਤੁਸੀਂ ਥੱਲੇ ਹੱਥ ਲਾਓ ਉਤੋਂ ਸਿਰ ਤੱਕ ਹਿਲਦਾ ਸੀ ਅੱਜ ਮੈਂ ਪੰਜਾਬ ਨੂੰ ਉਸ ਸਕਲਟਨ ਦੇ ਰੂਪ ਦੇ ਵਿੱਚ ਦੇਖਦਾ ਜੀ ਉਹਨੂੰ ਬਿਮਾਰੀਆਂ ਖਾ ਗਈਆਂ ਉਹਨੂੰ ਨਸ਼ਾ ਖਾ ਗਿਆ ਉਹਨੂੰ ਕ੍ਰਾਈਮ ਖਾ ਗਿਆ ਉਹਨੂੰ ਚਾਚ ਫੇਰੇ ਤੋਂ ਖਾ ਗਿਆ ਜੀ ਇਹ ਇੱਕ ਸਕਲਟਨ ਹੈ ਹੁਣ ਉਹਨਾਂ ਹੱਡੀਆਂ ਦੇ ਉੱਤੇ ਮਾਸ ਆ ਸਕੂਗਾ ਇਹ ਸਵਾਲ ਹੈ ਜੀ ਜੀ ਵਾਕਈ ਪੰਨ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਸ ਪੰਜਾਬੀ ਦੇ ਨਾਲ ਗੱਲਬਾਤ ਕਰਨ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ ਸਤਿ ਸ਼੍ਰੀ ਅਕਾਲ ਜੀ ਜੀ ਸੋ ਇਹ ਸਨ ਜ਼ਹੀਨ ਪੱਤਰਕਾਰ ਸੀਨੀਅਰ ਪੱਤਰਕਾਰ ਔਰ ਹਮੇਸ਼ਾ ਸਮਾਜਿਕ ਮਸਲਿਆਂ ਤੇ ਆਪਣੀ ਰਾਏ ਰੱਖਣ ਵਾਲੇ ਉਹਨਾਂ ਨੂੰ ਹੱਲ ਕਰਨ ਦੇ ਲਈ ਯਤਨਸ਼ੀਲ ਰਹਿਣ ਵਾਲੇ ਬਲਤੇਜ ਪੰਨੂ ਜੀ ਬੇਸ਼ੱਕ ਇਹਨਾਂ ਦੇ ਨਾਲ ਜੋ ਵੀ ਵਿਵਾਦ ਜੁੜੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਬੇ ਬਾਕੀ ਦੇ ਨਾਲ ਉੱਤਰ ਦਿੱਤੇ ਨੇ ਹੋਰ ਪੰਜਾਬ ਦੇ ਮਸਲਿਆਂ ਤੇ ਮੈਂ ਤਾਂ ਸੋਚਿਆ ਮੈਂ ਬੜੀਆਂ ਸ਼ਕਤੀਆਂ ਦੇ ਨਾਲ ਗੱਲਬਾਤ ਕੀਤੀ ਇੱਕ ਸਿਆਸੀ ਲੀਡਰ ਦੇ ਨਾਲ ਗੱਲਬਾਤ ਕਰ ਰਿਹਾ ਸੀ ਮੈਂ ਐਕਸ ਐਮਪੀ ਸੀ ਸੀਗੇ ਤੇ ਉਹਨਾਂ ਦੇ ਪਿੰਡ ਦੇ ਵਿੱਚ ਸਕੂਲ ਸੀਗਾ ਪੰਜਵੀਂ ਦਾ ਮੈਂ ਕਿਹਾ ਸਰ ਸਕੂਲ ਤਾਂ ਅਪਗ੍ਰੇਡ ਕਰਾ ਦਿਓ ਉਹ ਕਹਿੰਦੇ ਯਾਰ ਕੀ ਲੈਣਾ ਲੋਕਾਂ ਨੇ ਪੜ ਕੇ ਕਹਿੰਦੇ ਪਰ ਇਹੀ ਸਾਡਾ ਦੁਖਾਂਤ ਹੈ ਕਿ ਸਾਨੂੰ ਆਗੂ ਨਹੀਂ ਚੰਗੇ ਮਿਲੇ ਨਹੀਂ ਤਾਂ ਅਸੀਂ ਸ਼ਾਇਦ ਤਰੱਕੀਆਂ ਕਰ ਜਾਂਦੇ ਕਿਉਂਕਿ ਧਾੜਵਿਆਂ ਨੇ ਬਥੇਰਾ ਜ਼ੋਰ ਲਾਇਆ ਪੰਜਾਬੀ ਨੂੰ ਪੰਜਾਬੀਅਤ ਨੂੰ ਖਤਮ ਕਰਨ ਦੇ ਲਈ ਪਰ ਨਹੀਂ ਹੋਈ ਸ਼ਾਇਦ ਹੁਣ ਵੀ ਨਹੀਂ ਹੁੰਦੀ ਆਸ ਕਰਦੇ ਹਾਂ ਕਿ ਪੰਜਾਬ ਤੇ ਚੰਗੇ ਦਿਨ ਜ਼ਰੂਰ ਪਰਤਣਗੇ ਔਰ ਜਿਹੜੇ ਬਿਹਾਰ ਦੇ ਨਾਲ ਕੰਪੇਅਰ ਕਰਦੇ ਸੀ ਕਿਸੇ ਟਾਈਮ ਉਹ ਅੱਜ ਅਸੀਂ ਕਹਿਣਾ ਕਿ ਸ਼ਾਇਦ ਬਿਹਾਰ ਹੀ ਬਣ ਜੇ ਇਹ ਤਾਂ ਚੰਗਾ ਹੀ ਹੋਊਗਾ ਸੋ ਬਹੁਤ ਵਧੀਆ ਇਹਨਾਂ ਨੇ ਲਾਸ ਏਪੀ ਤੋਂ ਲੈ ਕੇ ਮੈਂ ਸਿਜਦਾ ਕਰਦਾ ਇਹਨਾਂ ਦੀ ਸੋਚ ਨੂੰ ਕਿ ਦੇਸੀ ਚੀਜ਼ਾਂ ਕਦੇ ਸੁਣਨ ਨੂੰ ਮਿਲੀਆਂ ਤਾਂ ਅੱਜ ਬੜੇ ਚਿਹਰਾਵਾਂ ਬਾਤ ਸੁਣਨ ਨੂੰ ਮਿਲੀਆਂ ਬਜ਼ੁਰਗਾਂ ਦੇ ਨਾਲ ਗੱਲ ਕਰੀਏ ਤਾਂ ਉਹ ਦੱਸ ਦਿੰਦੇ ਸੇਪੀ ਤੋਂ ਲੈ ਕੇ ਕਿਸਾਨੀ ਨੂੰ ਕਿਵੇਂ ਕੱਢਾ ਜਾਵੇ ਕਿਵੇਂ ਅਸੀਂ ਰਵਾਈਤਾਂ ਵੱਲ ਮੁੜੀਏ ਕੀ ਕੀ ਖਾਮੀਆਂ ਨੇ ਉਸ ਤੋਂ ਬਾਅਦ ਜਿਹੜਾ ਸਮਾਜਿਕ ਸਿਸਟਮ ਹੈ ਇਹਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਕਿਉਂਕਿ ਬਹੁਤ ਔਖਾ ਵਾ ਪਰ ਫਿਰ ਵੀ ਇੱਕ ਦੂਰਦਰਸ਼ੀ ਸੋਚ ਹੋਵੇ ਇੱਕ ਇੱਛਾ ਸ਼ਕਤੀ ਹੋਵੇ ਜਿਹੜੀ ਉਹਦੇ ਨਾਲ ਪੰਜਾਬ ਨੂੰ ਜ਼ਰੂਰ ਦਰੁਸਤ ਕੀਤਾ ਜਾ ਮਾਰ ਜ਼ਰੂਰ ਹੈ ਪਰ ਮਰਿਆ ਨਹੀਂ ਇਸੇ ਕਰਕੇ ਆਪਾਂ ਅਗਲੀ ਵਾਰ ਫੇਰ ਪੰਜਾਬੀਅਤ ਦੇ ਪੰਜਾਬ ਦੇ ਮਸਲੇ ਤੇ ਆਪਾਂ ਕਿਸੇ ਸੀਨੀਅਰ ਬੰਦੇ ਨਾਲ ਕਿਸੇ ਸਮਾਜਿਕ ਹਸਤੀ ਨਾਲ ਕਿਸੇ ਸਮਾਜਿਕ ਸਰੋਕਾਰਾਂ ਦੇ ਨਾਲ ਜੁੜੀਆਂ ਹੋਈਆਂ ਸ਼ਖਸੀਤਾਂ ਦੇ ਨਾਲ ਤੁਹਾਡੀ ਗੱਲਬਾਤ ਹੈ ਜਿਹੜੀ ਜ਼ਰੂਰ ਕਰਵਾਵਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਬੋਲਦਾ ਬਣੇ ਰਹੋ ਜਸ ਬ੍ਰॉडकास्टਿੰਗ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ